ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਸਟ੍ਰੇਲੀਆ ਸਟੂਡੈਂਟ ਵੀਜ਼ਾ ਬਾਰੇ ਅਪਡੇਟਸ ਪਿਛਲੇ 2-3 ਦਿਨਾਂ ਤੋਂ ਜੇ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ, ਜਿੱਥੇ ਚੰਗੀਆਂ ਖਬਰਾਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਵੱਲੋਂ ਆ ਰਹੀਆਂ, ਉੱਥੇ ਰਿਊਮਰਸ ਦੀ ਮਾਰਕੀਟ ਜਿਹੜੀ ਹੈਗੀ ਆ ਉਹ ਨਾਲੋਂ ਨਾਲ ਹੋਰ ਜ਼ਿਆਦਾ ਗਰਮ ਹੋ ਗਈ। ਸਕੌਟ ਮੋਰਿਸਨ ਨੇ ਅੱਜ ਦੀ ਡੇਟ 'ਚ ਅਨਾਊਂਸ ਕੀ ਕੀਤਾ ਕਿ ਜਿਹੜਾ ਸਟੂਡੈਂਟ ਅੱਜ ਦੀ ਡੇਟ 'ਚ ਵੀਜ਼ਾ ਲੱਗਾ ਹੋਇਆ ਆਸਟ੍ਰੇਲੀਆ ਟਰੈਵਲ ਨਹੀਂ ਕੀਤਾ, ਉਹ ਸਟੂਡੈਂਟ ਨੂੰ ਜੇ ਟਰੈਵਲ ਕਰਦਾ ਉੱਥੇ ਜਾ ਕੇ ਆਪਣੀ ਜਿਹੜੀ ਐਂਬੈਸੀ ਫੀਸ ਸਪੈਂਡ ਕੀਤੀ ਹੋਈ ਹੈ ਉਹਦਾ ਰਿਬੇਟ ਲੈ ਸਕਦੇ ਹੋ, ਉਹ ਪੈਸੇ ਤੁਸੀਂ ਵਾਪਸ ਕਲੇਮ ਕਰ ਸਕਦੇ ਹੋ ਆਸਟ੍ਰੇਲੀਅਨ ਗਵਰਨਮੈਂਟ ਤੋਂ। ਐਟ ਦਾ ਸੇਮ ਟਾਈਮ ਪੰਜਾਬ ਦੇ ਏਜੰਟਸ ਨੇ ਕਹਿਣਾ ਸ਼ੁਰੂ ਕਰਤਾ ਕਿ ਬਿਨਾਂ ਅੰਬੈਸੀ ਫੀਸ ਦੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਸ਼ੁਰੂ ਕਰ ਦਿਓ, ਅੰਬੈਸੀ ਫੀਸ ਲੱਗਣੀ। ਫਸਟ ਟਾਈਮ ਇਨ ਦੀ ਹਿਸਟਰੀ ਆਫ ਇਮੀਗ੍ਰੇਸ਼ਨ ਸ਼ਾਇਦ ਕਿਸੇ ਕੰਟਰੀ ਨੇ ਇਹ ਕਿਹਾ ਹੋਊਗਾ ਕਿ ਵੀਜ਼ਾ ਫੀਸ ਵੀਜ਼ਾ ਲੱਗਣ ਤੋਂ ਬਾਅਦ ਰਿਬੇਟ ਜਿਹੜੀ ਹੈਗੀ ਹੈ ਉਹ ਤੁਸੀਂ ਲੈ ਸਕਦੇ ਹੋ। ਸਾਰੀ ਚੀਜ਼ ਦੇ ਪਿੱਛੇ ਰੀਜ਼ਨ ਕੀ ਹੈ ਕਿ ਅੱਜ ਲੇਬਰ ਸ਼ੋਰਟੇਜ ਉਸ ਕੰਟਰੀ 'ਚ ਇੰਨੀ ਜ਼ਿਆਦਾ, ਪਿਛਲੇ 1.5-2 ਸਾਲ ਤੋਂ ਜਿੱਥੇ ਸਟੂਡੈਂਟਸ ਨੂੰ ਟਰੈਵਲ ਨਹੀਂ ਕਰਨ ਦਿੱਤਾ ਗਿਆ, ਵਿਜ਼ਿਟਰਸ ਨੂੰ ਟਰੈਵਲ ਨਹੀਂ ਕਰਨ ਦਿੱਤਾ, ਫੈਮਲੀ ਜਿਹੜੀ ਫਸਟ ਫੈਮਲੀ ਫਾਦਰ ਮਦਰ ਆਸਟ੍ਰੇਲੀਅਨ ਸਿਟੀਜ਼ਨਸ ਦੇ ਉਹਨਾਂ ਨੂੰ ਟਰੈਵਲ ਨਹੀਂ ਕਰਨ ਦਿੱਤਾ, ਉੱਥੇ ਸਟੂਡੈਂਟਸ ਨੂੰ ਇੰਨੀ ਪੋਜ਼ਿਟਿਵਿਟੀ ਦੇ ਨਾਲ ਇੱਕ ਪ੍ਰਾਈਮ ਮਿਨਿਸਟਰ ਕੰਟਰੀ ਦਾ ਜਿਹੜਾ ਆਪ ਆਵਾਜ਼ ਮਾਰ ਕੇ ਸੱਦ ਰਿਹਾ। ਸਭ ਤੋਂ ਪਹਿਲੀ ਅਨਾਊਂਸਮੈਂਟ ਕੀ ਹੈ ਕਿ 20 ਘੰਟੇ ਦੀ ਜਗ੍ਹਾ 40 ਘੰਟੇ ਵਰਕ ਪਰਮਿਟ ਜਿਹੜਾ ਹੈਗਾ, ਪਾਰਟ ਟਾਈਮ ਵਰਕ ਜਿਹੜਾ ਸਟੂਡੈਂਟ ਨੂੰ ਮਿਲਦਾ ਸੀਗਾ ਕਿ ਪਾਰਟ ਟਾਈਮ 20 ਘੰਟੇ ਤੁਸੀਂ ਹਫ਼ਤੇ 'ਚ ਕੰਮ ਕਰ ਸਕਦੇ ਹੋ, ਉਹਨੂੰ ਇੱਕ ਤਰ੍ਹਾਂ ਅਨਲਿਮਿਟਿਡ ਵਰਕਿੰਗ ਰਾਈਟਸ ਦੇ ਦਿੱਤੇ ਕਿ ਤੁਸੀਂ ਪੜ੍ਹਾਈ ਕਰੋ, ਉਸ ਤੋਂ ਇਲਾਵਾ ਜਿੰਨਾ ਟਾਈਮ ਔਰ ਜਿੰਨੀ ਤੁਹਾਡੇ 'ਚ ਹਿੰਮਤ ਹੈ ਉਨੇ ਘੰਟੇ ਕੰਮ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਸਟ੍ਰੇਲੀਆ ਨੇ ਅੱਜ ਤੱਕ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਮੋਸਟ ਸਟ੍ਰਿਕਟ ਕੰਟਰੀ ਹੈ, ਜਿਹਨੂੰ ਆਪਾਂ ਸਿੱਧਾ ਸਿੱਧਾ ਦੇਖ ਸਕਦੇ ਹਾਂ ਕਿ ਵਰਲਡ ਨੰਬਰ 1 ਟੈਨਿਸ ਪਲੇਅਰ ਉਹਦਾ ਵੀਜ਼ਾ ਕੈਂਸਲ ਕਰਕੇ ਉਹਨੂੰ ਡਿਪੋਰਟ ਕਰ ਦਿੱਤਾ। ਰੂਲਸ ਐਂਡ ਰੈਗੂਲੇਸ਼ਨਸ ਦੀ ਇੰਨੀ ਸਖਤੀ ਦੇ ਬਾਵਜੂਦ ਜਦੋਂ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਸਟੂਡੈਂਟ ਵੀਜ਼ਾ ਵਾਲੇ ਜਿਨ੍ਹਾਂ ਦੇ ਸਟੂਡੈਂਟ ਵੀਜ਼ਾਜ਼ ਲੱਗੇ ਹੋਏ ਆ, ਟਰੈਵਲ ਕਰੋ, ਉਸ ਕੰਟਰੀ ਆਓ, ਆ ਕੇ ਕੰਮ ਕਰੋ, ਕਿਉਂਕਿ ਬਹੁਤ ਸਾਰੇ ਬਿਜ਼ਨਸਿਸ ਲੋਸ ਦੇ ਵਿੱਚ ਚੱਲ ਰਿਹਾ, ਇਹਦਾ ਇਫੈਕਟ ਸਿੱਧਾ ਸਿੱਧਾ ਤੁਹਾਡੀਆਂ ਐਪਲੀਕੇਸ਼ਨਸ 'ਤੇ ਵੀ ਪਊਗਾ। ਤੁਸੀਂ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਆਸਟ੍ਰੇਲੀਆ ਨੇ ਆਪਣੇ ਦਰਵਾਜ਼ੇ ਖੋਲ੍ਹੇ, ਆਸਟ੍ਰੇਲੀਆ ਨੇ ਲੀਨੀਅੰਸੀ ਦਿਖਾਉਣ ਦੀ ਗੱਲ ਕੀਤੀ ਹੈ ਕਿ ਅਸੀਂ ਸਟੂਡੈਂਟ ਨੂੰ ਵੀ ਇੱਕ ਅਸੈਂਸ਼ੀਅਲ ਟਰੈਵਲਰ, ਇੱਕ ਜ਼ਰੂਰਤ ਦੇ ਤੌਰ 'ਤੇ ਦੇਖਦੇ ਹਾਂ ਜਿਹੜਾ ਇਕੋਨਮੀ ਦੇ ਵਿੱਚ ਵੀ ਕੰਟਰੀਬਿਊਟ ਕਰੂਗਾ ਔਰ ਉੱਥੇ ਕੰਮ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਬਿਜ਼ਨਸਿਸ ਆ ਉਹਦੇ ਵਿੱਚ ਵੀ ਕੰਟਰੀਬਿਊਟ ਕਰੂਗਾ। ਬਟ ਵੀਜ਼ਾ ਇੱਕ ਐਲੀਜੀਬਲ ਪ੍ਰੋਫਾਈਲ ਨੂੰ ਮਿਲਣਾ, ਵੀਜ਼ਾ ਡਿਗਰੀ ਕਰਨ ਜਾਣ ਵਾਲੇ ਸਟੂਡੈਂਟ ਨੂੰ ਮਿਲਣਾ। ਵੈਟ ਦੇ ਵਿੱਚ ਆਪਣੀਆਂ ਐਪਲੀਕੇਸ਼ਨਾਂ ਪਾ ਕੇ ਆਪਣਾ ਪ੍ਰੋਫਾਈਲ ਨਾ ਖਰਾਬ ਕਰੋ, ਆਪਣੇ ਪੈਸੇ ਨਾ ਖਰਾਬ ਕਰੋ। ਬੈਚਲਰਸ ਡਿਗਰੀ ਕਰਨ ਜਾਓ, ਮਾਸਟਰਸ ਡਿਗਰੀ ਕਰਨ ਜਾਓ, ਉਹਨਾਂ ਦੇ ਵੀਜ਼ਾ ਦੇ ਰਿਜ਼ਲਟ ਚੰਗੇ ਆ, ਚੰਗੇ ਆਇਲਟਸ ਸਕੋਰ ਦੇ ਨਾਲ ਵੀਜ਼ਾ ਮਿਲਣਾ, 6 ਓਵਰਆਲ 5.5 ਈਚ ਦੇ ਨਾਲ ਵੀਜ਼ਾ ਮਿਲਣਾ। ਜੇ ਤੁਹਾਨੂੰ ਲੱਗਦਾ ਕਿ 2017 ਪਾਸ ਆਊਟ 18 ਪਾਸ ਆਊਟ ਵਾਲੇ ਨੂੰ ਆਸਟ੍ਰੇਲੀਆ ਵੀਜ਼ਾ ਦੇ ਦੂਗਾ ਔਰ ਡਿਪਲੋਮਾ ਕੁੱਕਰੀ, ਡਿਪਲੋਮਾ ਹੋਸਪਿਟੈਲਿਟੀ ਦੇ ਵੀਜ਼ਾ ਲੱਗ ਜੂਗੇ, ਫਿਰ ਤੁਸੀਂ ਆਪਣੇ ਪੈਸੇ ਔਰ ਆਪਣੀ ਰਿਫਿਊਜ਼ਲਸ ਦੇ ਆਪ ਜ਼ਿੰਮੇਵਾਰ ਹੋ। ਵੀਜ਼ਾਸ ਖੁੱਲ੍ਹੇ ਨੇ, ਲੀਨੀਅੰਸੀ ਜ਼ਰੂਰ ਦਿਖਾਈ ਗਈ ਹੈ, ਬਟ ਤੁਹਾਡਾ ਪ੍ਰੋਫਾਈਲ ਉਸ ਲੈਵਲ 'ਤੇ ਸਟੈਂਡ ਕਰਦਾ ਕਿ ਜਿਸ ਲੈਵਲ ਦਾ ਉਹਨਾਂ ਨੇ ਵੀਜ਼ਾ ਦੇਣਾ, ਇਹ ਤੁਸੀਂ ਆਪ ਦੇਖਣਾ। ਏਜੰਟ ਦੀ ਗੱਲ ਸੁਣਨੀ ਹੈ ਕਿ ਜਿਹੜਾ ਮਰਜ਼ੀ ਆ ਜਾਓ, ਜਿਹੜਾ ਮਰਜ਼ੀ ਅਪਲਾਈ ਕਰ ਦਿਓ, ਕਦੀ ਵੀ ਆਸਟ੍ਰੇਲੀਆ ਨੇ ਇਸ ਤਰੀਕੇ ਨਾਲ ਵੀਜ਼ੇ ਨਾ ਵੰਡਿਆ ਨਾ ਵੰਡਦੇ ਹਾਂ। ਐਲੀਜੀਬਲ ਪ੍ਰੋਫਾਈਲ, ਕਾਲ ਅਸ, ਵਿਜ਼ਿਟ ਅਸ, ਵੀਲ ਟੈਲ ਯੂ ਕਿ ਕਿਹੜੀ ਯੂਨੀਵਰਸਿਟੀ, ਕਿਹੜੇ ਕੋਰਸ ਦੇ ਵਿੱਚ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੀਦਾ ਤੁਹਾਨੂੰ ਔਰ ਕਿਹਦੇ ਵਿੱਚ ਤੁਹਾਡਾ ਵੀਜ਼ਾ ਲੱਗੂਗਾ। ਸ਼ੁਕਰੀਆ ਜੀ, ਧੰਨਵਾਦ।